हेलो दोस्तों, आज असी करंट अफेयर डिस्कस करांगे। तो सब तो पहला हैगा जिहड़ा पहला खेलो इंडिया यूनिवर्सिटी गेम्स कित्थे आयोजित किए जाणगे। तो इहदा राइट आंसर हैगा दोस्तों ऑप्शन नंबर ए, यानी कि भुवनेश्वर। तो यह भुवनेश्वर हैगा उड़ीसा दे विच। तो प्रधानमंत्री नरेंद्र मोदी ने 22 फरवरी 2020 दिन शनिवार को यह लॉन्च किया खेलो इंडिया यूनिवर्सिटी गेम्स। तो किया कित्थे आ? यह जवाहर लाल नहरू स्टेडियम भुवनेश्वर उड़ीसा दे विच। तदा राइट आंसर हैगा दोस्तों ऑप्शन नंबर ए। अगला क्वेश्चन आता दोस्तों, केड़ियां राज सरकारां ने विद्यार्थियों को पानी पीने लिए उत्साहित करने लिए स्कूली समय दौरान घट्टो घट 3 वार घंटियां बजाने की विलक्षण पहल की है? तो यह राइट आंसर हैगा दोस्तों ऑप्शन नंबर डी, यानी कि महाराष्ट्र ने। ये की सीगा भी नियमित अंतराल ते पीने वाले पानी की आदत का विकास करने महाराष्ट्र ने विद्यक अदारों पानी पीने लिए उत्साहित करने, विद्यार्थियों पानी पीने लिए उत्साहित करने, स्कूल के समय दौरान घट्टो घट 3 वार घंटियां बजाने की विलक्षण पहल की है, जिदे डीहाइड्रेशन जी अक्सर बच्चों के होंगी उस तो निजात पाया जाए। यह राइट आंसर हैगा ऑप्शन नंबर डी। अगला क्वेश्चन आता दोस्तों, हेठां विचों किहड़े 3 फॉर्मेट, यानी कि 2020 हो गया, अपने वनडे मैच हो गए, टैसट सीरीज मैच हो गए, 100 मैच खेडण वाला दुनिया का पहला खिडारी बन गया, भी इन विचों किहड़ा जिहड़ा पहला खिडारी बन गया जिन्हें 100 मैच खेडे हुए हैं? तो इहदा राइट आंसर हैगा दोस्तों ऑप्शन नंबर बी, यानी कि रॉस टेलर। यह रॉस टेलर है जिहड़ा, यह न्यूजीलैंड का खिडारी है रॉस टेलर। यह दुनिया का पहला खिडारी है जिन्हें बलिंगटन भारत के खिलाफ जिहड़ा शुरुआती टैसट मैच होया सी ਉਹਦੇ ਵਿੱਚ ਇਹ ਖਿਤਾਬ ਹਾਸਲ ਕਰ ਲਿਆ ਸੀ 100 ਮੈਚ ਖੇਡਣ ਵਾਲਾ। ਅਗਲਾ ਕੁਐਸਚਨ ਹੈ ਤਾਂ ਦੋਸਤੋ, ਕੌਮੀ ਜੈਵਿਕ ਭੋਜਨ ਸਮਾਰੋਹ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ? ਜਿਹੜਾ ਨੈਸ਼ਨਲ ਔਰਗੈਨਿਕ ਫੂਡ ਫੈਸਟੀਵਲ ਆ ਜਿਹੜਾ ਇਨਆਗੂਰੇਟਡ, ਕਿੱਥੇ ਇਨਆਗੂਰੇਟਡ ਹੋਇਆ ਸੀ? ਇੰਗਲਿਸ਼ ਦੇ ਵਿੱਚ ਵੀ ਲਿਖੇ ਪਏ, ਜੇ ਤੁਹਾਨੂੰ ਪੰਜਾਬੀ ਦੇ ਵਿੱਚ ਨਹੀਂ ਪਤਾ ਲੱਗਦਾ ਇੰਗਲਿਸ਼ ਦੇ ਵਿੱਚ ਤੁਸੀਂ ਕੁਐਸਚਨ ਦੇਖ ਸਕਦੇ ਹੋ। ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ ਨਵੀਂ ਦਿੱਲੀ ਵਿੱਚ, ਜਿਹੜਾ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਅਤੇ ਮਿਨਿਸਟਰੀ ਆਫ ਵੋਮੈਨ ਐਂਡ ਚਾਈਲਡ ਡਿਵੈਲਪਮੈਂਟ ਨੇ ਇਕੱਠਿਆਂ ਕਲੈਬ ਕਰਕੇ ਨੈਸ਼ਨਲ ਔਰਗੈਨਿਕ ਫੂਡ ਫੈਸਟੀਵਲ ਦਾ ਦਿੱਲੀ ਦੇ ਵਿੱਚ ਉਦਘਾਟਨ ਕੀਤਾ ਸੀ। ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਸੀ, ਨਵੀਂ ਦਿੱਲੀ। ਅਤੇ ਦੋਸਤੋ, ਚੈਨਲਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਇੱਦਾਂ ਦੇ ਅਸੀਂ ਕੁਐਸਚਨ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਤਾਂ ਅਗਲਾ ਕੁਐਸਚਨ ਹੈਗਾ ਦੋਸਤੋ, 5G ਹਕਾਤਨ ਦੀ ਘੋਸ਼ਣਾ ਕਿਸ ਨੇ ਕੀਤੀ? ਵੀ ਯਾਨੀ ਕਿ ਹੂਜ਼ ਅਨਾਉਂਸਿਸ 5G ਹੈਕਾਥਨ? ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਸੀ, ਯਾਨੀ ਕਿ DOT ਵੀ ਲਿਖ ਦਿੰਦੇ ਇਹਨੂੰ, ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨਸ। ਇਹਨੇ 5G ਹੈਕਾਥਨ ਦੀ ਘੋਸ਼ਣਾ ਕੀਤੀ ਹੈ। ਇਹ ਐਕਚੁਅਲ 'ਚ ਹੈਕਾਥਨ ਕਿਸ ਨੂੰ ਕਹਿ ਦਿੰਦੇ ਹਾਂ? ਜਦੋਂ ਕਾਫੀ ਸਾਰੇ ਲੋਕ ਇਕੱਠੇ ਹੋ ਕੇ ਕੰਪਿਊਟਰ ਪ੍ਰੋਗਰਾਮਿੰਗ ਬਾਰੇ ਕੋਈ ਈਵੈਂਟ ਰੱਖਣ, ਈਵੈਂਟ ਹੋਵੇ, ਉਸਨੂੰ ਹੈਕਾਥਨ ਕਹਿੰਦੇ ਹਾਂ। ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਸੀ। ਅਗਲਾ ਕੁਐਸਚਨ ਹੈ ਦੋਸਤੋ, ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਜਿਹੜਾ ਕਿ ਹੁਣੀ ਖਬਰਾਂ ਦੇ ਵਿੱਚ ਸੀ ਜ਼ਿਆਦਾ, ਉਹ ਕਿਹੜਾ ਹੈ ਸਭ ਤੋਂ ਵੱਡਾ ਵਿਸ਼ਵ ਦਾ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਸਰਦਾਰ ਪਟੇਲ ਸਟੇਡੀਅਮ ਮੋਤੇਰਾ ਅਹਿਮਦਾਬਾਦ ਵਿੱਚ, ਜਿਹੜਾ ਕਿ ਗੁਜਰਾਤ ਸਟੇਟ ਦੇ ਵਿੱਚ ਰਹਿ ਗਿਆ ਅਹਿਮਦਾਬਾਦ, ਉਹਦੇ ਵਿੱਚ ਹੈ। ਐਕਚੁਅਲ ਦੇ ਵਿੱਚ 24 ਫਰਵਰੀ 2020 ਨੂੰ ਨਮਸਤੇ ਟਰੰਪ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ, ਵੀ ਜਿਹੜਾ ਟਰੰਪ ਡੋਨਾਲਡ ਟਰੰਪ ਆਇਆ ਸੀ ਇੰਡੀਆ, ਉਹਦੀ ਮੇਜ਼ਬਾਨੀ ਕੀਤੀ ਗਈ। ਜਿਹੜੀ ਸਟੇਡੀਅਮ ਦੀ ਸਮਰੱਥਾ ਉਹ ਹੈਗੀ 1,10,000 ਲੋਕਾਂ ਦੀ ਹੈ, ਵੀ ਇਹਦੇ ਵਿੱਚ 1,10,000 ਲੋਕ ਆ ਸਕਦੇ ਆ ਸਟੇਡੀਅਮ ਦੇ ਵਿੱਚ। ਤਾਂ ਦੋਸਤੋ ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਘੰਟੇ ਵਾਲਾ ਬਟਨ ਜ਼ਰੂਰ ਦੱਬ ਲਓ। ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।